ओ भाई हेलो। ਇਸਤੇਮਾਲ ਕਰਦੇ ਸੀ, ਇਹ ਵੀ 3 ਮਹੀਨੇ ਤੋਂ ਬੰਦ ਪਿਆ। ਮੈਂ ਆਪਣਾ ਉਹ ਕਮਰੇ 'ਚ ਰਹਿੰਦਾ ਹੁੰਦਾ ਸੀ, ਤੋ ਇਹਦਾ ਆਹ ਜਿਹੜਾ ਬਾਥਰੂਮ ਦਿਖਾਇਆ ਉਹ ਤਾਂ ਰੋਟੀ ਦਿੰਦਾ ਉਹਨਾਂ ਨੂੰ ਬਾਥਰੂਮ ਇਸਤੇਮਾਲ 'ਚ। ਅਸਲਾਮ ਵਾਲੇਕੁਮ ਗਾਈਸ, ਕੈਸੇ ਹੈਂ ਆਪ? ਉਮੀਦ ਕਰਤਾ ਹੂੰ ਤਮਾਮ ਬਾਈ ਠੀਕ ਠਾਕ ਹੋਗੇ, ਮਜ਼ੇ ਮੇਂ ਹੋਗੇ, ਫਿਟ ਫਾਟ ਹੋਗੇ। ਆਜ ਤੋ ਕੋਈ ਵਲੌਗ ਨਹੀਂ ਥਾ, ਤੋ ਮੈਨੇ ਆਪਕੋ ਯੇ ਘਰ ਕਾ ਟੂਰ ਕਰਾਇਆ, ਠੀਕ ਹੈ। ਬਹੁਤ ਸਾਰੇ ਲੋਕ ਕਹਿ ਰਹੇ ਥੇ ਆਪਣਾ ਘਰ ਦਿਖਾ, ਆਪਣਾ ਘਰ ਦਿਖਾ, ਬਈ ਇਹ ਹਮਾਰਾ ਘਰ ਨਹੀਂ ਹੈ, ਠੀਕ ਹੈ। ਅੱਲਾਹ ਤਾਲਾ ਨੇ ਖਾਲੀ ਹਮੇਂ ਰਹਿਣੇ ਕੇ ਲਈ ਦੀਆ, ਵਾ ਖੂਬ ਅੱਛਾ ਆਦਮੀ, ਉਨ ਲੋਗੋਂ ਨੇ ਕਹਾ ਕਿ ਹਮਾਰੇ ਘਰ ਪੇ ਰੁਕੋ ਵੀ ਔਰ ਖਿਆਲ ਵੀ ਕਰੋ, ਔਰ ਜਬ ਹਮ ਆਪਕੋ ਬੋਲੇਂਗੇ ਤਾਂ ਖਾਲੀ ਕਰ ਦੇਣਾ, ਠੀਕ ਹੈ। ਕਿਰਾਏ ਪੇ ਹਮ ਨਹੀਂ ਹੈ, ਕਿਰਾਇਆ ਵਗੈਰਾ ਨਹੀਂ ਦੇ ਰਹੇ, ਤੋ ਬਸ ਦੁਆ ਕਰੋ ਕਿ ਅੱਲਾਹ ਛੋਟਾ ਸਾ ਘਰ ਹਮੇਂ ਵੀ ਦੇ। ਬਾਤ ਸਹੀ ਹੈ, ਦੁਆ ਤਾਂ ਬੜੇ ਕੀ ਕਰਨੀ ਚਾਹੀਏ, ਬਸ ਦੁਆ ਕਰੇਗੀ ਅੱਲਾਹ ਹਮੇਂ ਵੀ ਕਰ ਦੇ, ਠੀਕ ਹੈ। ਬਾਕੀ ਮੈਂ ਆਪਕੋ ਘਰ ਕਾ ਵਿਊ ਕਰਾ ਦੇਤਾ ਹੂੰ, ਠੀਕ ਹੈ। ਅਭੀ ਮਜ਼ਾ ਆਏਗਾ ਨਾ ਭਿੜੋ, ਔਰ ਚੈਨਲ ਕੋ ਸਬਸਕ੍ਰਾਈਬ ਕਰੇ, ਵੀਡੀਓ ਕੋ ਲਾਈਕ ਕਰੇ, ਔਰ ਆਪਣੇ ਜ਼ਿਆਦਾ ਖੂਬਸੂਰਤ ਕਮੈਂਟ ਕਰੇ। ਅੱਲਾਹ ਹਾਫਿਜ਼। ਅਸਲਾਮ ਵਾਲੇਕੁਮ। ਬਹੁਤ ਸਾਰੇ ਲੋਕ ਸੀ ਕਹਿ ਰਹੇ ਸੀ ਅਬ ਯਾਰ ਆਪਣਾ ਘਰ ਦਿਖਾਓ। ਸਭ ਤੋਂ ਪਹਿਲਾਂ ਉਹਨਾਂ ਮੈਂ ਕਹਿ ਦੇਵਾਂ ਕਿ ਘਰ ਸਾਡਾ ਨਹੀਂ ਹੈ, ਠੀਕ ਹੈ ਨਾ। ਆਹ ਗੇਟ ਤੋਂ ਅੰਡਰ ਹੋ ਗਏ, ਠੀਕ ਹੈ। ਮੈਂ ਦਰਵਾਜ਼ਾ ਬੰਦ ਕਰ ਲਵਾਂ ਅਤੇ ਗੇਟ ਤੋਂ ਅੰਦਰ ਹੋ ਐਂਟਰ ਹੋ ਕੇ ਆਹ ਛੋਟਾ ਜਿਹਾ ਸੇਨ ਆ, ਠੀਕ ਹੈ ਨਾ। ਇਹ ਸਾਡਾ ਘਰ ਨਹੀਂ ਹੈ, ਮਤਲਬ ਅੱਲਾਹ ਤਾਲਾ ਨੇ ਸਾਨੂੰ ਦਿੱਤਾ ਰਹਿਣ ਵਾਸਤੇ, ਠੀਕ ਹੈ। ਹਾਲੇ ਤੁਹਾਨੂੰ ਮੈਂ ਪਹਿਲੇ ਦਿਖਾਈ ਨਹੀਂ, ਸ਼ਾਇਦ ਦੇਖੋ ਨਾ, ਸਾਰਿਆ ਇਹ ਰਿਟਾਇਰ ਹੋਇਆ ਪਿਆ, ਠੀਕ ਹੈ ਨਾ। ਆ ਉੱਤੇ ਵਾਸਤੇ ਸੀੜੀਆਂ ਜਾ ਰਹੀਆਂ, ਠੀਕ ਹੈ ਨਾ। ਔਰ ਇਹ ਅੱਲਾਹ ਤਾਲਾ ਨੇ ਸਾਨੂੰ ਦਿੱਤਾ ਵਾ ਬਸ ਰਹਿਣ ਵਾਸਤੇ ਫਰੀਆਂ 'ਚ, ਠੀਕ ਹੈ। ਔਰ ਇੱਕ ਆਹ ਕਮਰਾ ਵਾ, ਇੱਥੇ ਬਾਲਣ ਵਗੈਰਾ ਪਿਆ ਵਾ, ਠੀਕ ਹੈ। ਪੁਰਾਣਾ ਸਮਾਨ ਵਗੈਰਾ ਸਟੋਰ ਟਾਈਪ ਬਣਾਇਆ, ਠੀਕ ਹੈ। ਔਰ ਦੂਸਰਾ ਆ ਵੀ ਕਮਰੇ ਦਾ ਵੀ ਇੱਕ ਦਰਵਾਜ਼ਾ ਵਾ, ਠੀਕ ਹੈ। ਉਸ ਤੋਂ ਬਾਅਦ ਅੰਦਰ ਐਂਟਰ ਹੋ ਗਿਆ ਟੀ ਵੀ ਲੌਂਚ, ਤੁਸੀਂ ਕਹਿ ਸਕਦੇ ਜੇ, ਠੀਕ ਹੈ। ਆਹ ਜਿਹੜਾ ਟੀ ਵੀ ਲੌਂਚ ਹੈ, ਠੀਕ ਹੈ। ਟੀ ਵੀ ਲੌਂਚ ਦੇ ਵਿੱਚ ਜਿਹੜਾ ਪਿੱਛੇ ਕਮਰਾ ਵਾ ਉਹਦਾ ਵੀ ਇੱਥੋਂ ਦਰਵਾਜ਼ਾ ਜਾ ਰਿਹਾ, ਠੀਕ ਹੈ। ਆ ਸਾਡੀ ਫਰਿੱਜ ਪਈ ਹੈ, ਮੈਂ ਕੁੰਡੀ ਅੰਦਰੋਂ ਖੁੱਲ੍ਹੀ ਤਾਂ ਮੈਂ ਖੋਲ੍ਹ ਕੇ ਤਾਂ ਚੱਕ ਖੁੱਲ੍ਹਿਆ। ਆ ਅਸੀਂ ਇਸਤੇਮਾਲ 'ਚ ਨਹੀਂ ਸਾਡੇ ਕਮਰਾ, ਠੀਕ ਹੈ। ਇੱਥੇ ਵੀ ਅਸੀਂ ਸਮਾਨ ਸਮੂਨ ਰੱਖਿਆ ਵਾ, ਠੀਕ ਹੋ ਗਿਆ। ਤਾਂ ਇਸੇ ਕਮਰੇ 'ਚੋਂ ਪਰਲੀ ਸਾਈਡ 'ਤੇ ਦਰਵਾਜ਼ਾ ਜਾ ਰਿਹਾ, ਉਹ ਪੁਰਾਣੇ ਜ਼ਮਾਨੇ ਵਾਲਾ ਬਣਿਆ, ਸਹੀ ਹੈ ਨਾ। ਅਤੇ ਇੱਕ ਹੈ ਮਾਲਕ ਅੱਲਾ ਦਾ ਵਲੀ, ਉਹਨੇ ਆਖਿਆ ਚੱਲ ਤੁਸੀਂ ਖਿਆਲ ਵੀ ਕਰਦੇ ਰਹੋ ਘਰ ਦਾ ਅਤੇ ਰਹੀ ਵੀ ਜਾਓ, ਠੀਕ ਹੈ ਨਾ। ਉਸ ਤੋਂ ਬਾਅਦ ਆ ਅੱਗੇ ਬਾਹਰ ਸੇਨ 'ਚ ਨਿਕਲੇ, ਆ ਸੇਨ ਬਣਿਆ, ਠੀਕ ਹੋ ਗਿਆ। ਆ ਦੇਖੋ ਨਾ, ਇਸ ਵਾਰ ਤੁਹਾਨੂੰ ਮੈਂ ਪਹਿਲੇ ਵੀਡੀਓ 'ਚ ਦਿਖਾਇਆ ਸੀ ਕਿ ਮੈਂ ਦੱਸਦਾ ਬਾਅਦ ਤੁਹਾਨੂੰ ਸਾਰੀ ਸਟੋਰੀ ਦੱਸਦਾ, ਬਾਹਰ ਜਾ ਕੇ ਵੀ ਦਿਖਾਉਣ ਨਾਲ ਦਾ ਤੁਹਾਨੂੰ ਸਟੋਰੀ ਦੱਸਦਾ, ਠੀਕ ਹੈ। ਸੇਨ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਇਸ ਸਾਈਡ 'ਤੇ ਆ ਕਿਚਨ ਆ ਗਿਆ, ਠੀਕ ਹੈ। ਆ ਸਾਰਾ ਕਿਚਨ ਆ ਗਿਆ, ਠੀਕ ਹੈ। ਮਤਲਬ ਪੁਰਾਣੇ ਜ਼ਮਾਨੇ ਦਾ ਬਣਿਆ, ਇੱਕ ਆਹ ਬਾਥਰੂਮ, ਠੀਕ ਹੈ, ਇੱਕ ਉੱਪਰ ਆ ਬਾਥਰੂਮ, ਠੀਕ ਹੋ ਗਿਆ। ਬਾਕੀ ਇੱਕ ਆਹ ਕਮਰਾ ਵਾ, ਇਹ ਮੈਂ ਆਪਣੇ ਇਸਤੇਮਾਲ 'ਚ ਰੱਖਿਆ ਵਾ, ਠੀਕ ਹੈ। ਬਾਕੀ ਇੱਕ ਬਾਥਰੂਮ ਆ ਜਿਹੜਾ, ਠੀਕ ਆ, ਕਮਰਾ ਮੈਂ ਆਪਣੇ ਇਸਤੇਮਾਲ 'ਚ ਰੱਖਿਆ, ਠੀਕ ਆ, ਹੋ ਗਿਆ। ਆ ਜਿਹੜਾ ਦਰਵਾਜ਼ਾ ਤੁਹਾਨੂੰ ਉੱਧਰ ਦਿਖਾਇਆ ਸੀ, ਇਹ ਦਰਵਾਜ਼ਾ ਉੱਧਰ ਜਾ ਰਿਹਾ, ਠੀਕ ਹੈ। ਆ ਗਿਆ ਦਰਵਾਜ਼ਾ, ਮੈਂ ਆਪਣੇ ਇਸਤੇਮਾਲ 'ਚ ਰੱਖਿਆ, ਇਸਤੇਮਾਲ ਹੋ ਰਿਹਾ, ਬਾਕੀ ਹੋਰ ਕੋਈ ਇਸਤੇਮਾਲ ਨਹੀਂ ਹੋ ਰਿਹਾ, ਠੀਕ ਹੋ ਗਿਆ। ਇਸ ਤੋਂ ਇਲਾਵਾ
ਬਾਕੀ ਆ ਇੱਕ ਪਲਾਸਟਿਕ ਦੀ ਟੈਂਕੀ ਅਸੀਂ ਲਿਆ ਕੇ ਰੱਖੀ ਐਕਸਟਰਾ, ਉੱਤੇ ਵਾਲੀ ਪਲਾਸਟਿਕ ਦੀ ਭਰੀ ਪਾਣੀ ਸਹੀ ਹੈ, ਉਹਨਾਂ ਦੀ ਵੱਖਰੀ ਹੈ, ਸਾਡੀ ਆਪਣੀ ਵੱਖਰੀ ਟੈਂਕੀ, ਆ ਇੱਕ ਐਕਸਟਰਾ ਲਿਆ ਕੇ ਰੱਖੀ ਹੈ, ਔਰ ਬਾਕੀ ਉੱਤੇ ਵਾਲਿਆਂ ਦੀ ਟੈਂਕੀ ਅਲੱਗ ਬਣੀ ਹੈ, ਠੀਕ ਹੈ। ਔਰ ਇੱਕ ਆਹ ਬਾਥਰੂਮ ਖਾਲੀ, ਵੈਸੇ ਕਿਸੇ ਕੰਮ ਦਾ ਨਹੀਂ ਵੈਸੇ ਰੱਖਿਆ ਇਹਨੂੰ, ਠੀਕ ਹੈ, ਆਹ ਕੰਮ ਦਾ ਲਈਦਾ, ਆਹ ਬਹੁਤ ਹੀ ਟਾਈਮ ਹੋ ਗਿਆ, 2-3 ਮਹੀਨੇ ਹੋ ਗਏ ਇਸਤੇਮਾਲ 'ਚ ਨਹੀਂ ਲਿਆ, ਪਹਿਲੇ ਰਹਿੰਦੇ ਹੁੰਦੇ ਸੀ ਅਤੇ ਮੇਰੇ ਭਾਣਜੇ, ਠੀਕ ਹੈ, ਉਹ ਇਸਤੇਮਾਲ ਕਰਦੇ ਸੀ, ਠੀਕ ਹੈ, ਹੁਣ ਉਹ ਚਲੇ ਗਏ, ਤਾਂ ਉਹ ਵੈਸੇ ਹੀ ਬੰਦ ਕਰਕੇ ਰੱਖਿਆ, ਖਤਮ ਹੈ, ਕਦਰਾਂ ਚੁੱਟ ਗਿਆ, ਆਹ ਇਸਤੇਮਾਲ ਕਰਦੇ ਸੀ, ਇਹ ਵੀ 3 ਮਹੀਨੇ ਤੋਂ ਬੰਦ ਪਿਆ। ਮੈਂ ਆਪਣਾ ਉਹ ਕਮਰੇ 'ਚ ਰਹਿੰਦਾ ਹੁੰਦਾ ਸੀ, ਤਾਂ ਇਹਦਾ ਆਹ ਜਿਹੜਾ ਬਾਥਰੂਮ ਦਿਖਾਇਆ, ਉਹਦਾ ਰੋਸ਼ ਦਿੰਦਾ ਹੁੰਦਾ ਨਾ, ਬਾਥਰੂਮ ਮੇਰੇ ਇਸਤੇਮਾਲ 'ਚ, ਮਤਲਬ ਆਹ ਹੀ ਆ ਥੱਲੇ ਦਾ ਘਰ, ਠੀਕ ਹੈ ਨਾ। ਔਰ ਮੈਂ ਤੁਹਾਨੂੰ ਹੁਣ ਬਾਹਰੋਂ ਜਾ ਕੇ ਦਿਖਾ ਦਿੰਦਾ, ਨਾ ਬਿੱਲੀ ਵੀ ਕੁਛ ਦਿਖਾ ਰਹੀ ਹੈ, ਹੁਣ ਇਹਦੇ ਬਸ ਲੈ ਕੇ ਆਇਆ, ਠੀਕ ਹੈ। ਹਰ ਦੂਸਰੇ ਦਿਨ ਇਹਨੂੰ ਪਾਉਂਦਾ ਵਾ ਮੈਂ ਲਿਆ ਕੇ ਗਰਦਨਾ, ਨਖਰੇ ਚੱਕ ਕਰੋ ਇਹਦੇ, ਲਿਆ ਕੇ ਪਾਈਆਂ ਉਸ ਟਾਈਮ ਖਾਧੀ ਨਹੀਂ, ਬਾਰਾ ਪਰਾਂ ਨੂੰ ਗਿਆ ਉਸ ਟਾਈਮ ਖਾਣ ਲੱਗ ਪਈ, ਖਾਓ ਖਾਓ। ਉਸ ਤੋਂ ਬਾਅਦ ਮੈਂ ਦੇਖੋ ਨਾ, ਇਹ ਤੁਹਾਨੂੰ ਹੁਣ ਸਟੋਰੀ ਸੁਣਾਉਣਾ ਹੈ ਕਿ ਇੱਕ ਬੰਦਾ ਜਾਣਨ ਵਾਲਾ ਵਾ, ਕਹਿੰਦੇ ਤੂੰ ਰਹੀ, ਤੁਸੀਂ ਇੱਥੇ ਰਹੀ ਵੀ ਜਾਓ ਅਤੇ ਖਿਆਲ ਵੀ ਕਰਦੇ ਰਹੋ, ਬੰਦਾ ਇੱਥੇ ਪਾਕਿਸਤਾਨ ਦੇ ਵਿੱਚ ਹੀ ਆ, ਠੀਕ ਹੈ, ਤਾਂ ਉਹਨੇ ਰਹਿਣ ਵਾਸਤੇ ਦਿੱਤਾ ਸੀ, ਠੀਕ ਹੋ ਗਿਆ। ਤੋ ਹੁਣ ਆਪਾਂ ਬਾਹਰ ਜਾਂਦੇ, ਬਾਹਰ ਜਾ ਕੇ ਆਪ ਬਾਹਰ ਦਾ ਰਿਵਿਊ, ਠੀਕ ਹੈ, ਅਤੇ ਉਹਨੇ ਰਹਿਣ ਵਾਸਤੇ ਦਿੱਤਾ ਸੀ, ਟੁੱਟਣਾ ਸੀ, 2-3 ਵਾਰੀ ਆਰਡਰ ਆਇਆ ਵੀ ਹੈ, ਲੇਕਿਨ 3-4 ਮਹੀਨੇ ਪਹਿਲੇ ਆਰਡਰ ਆਇਆ ਸੀ, ਠੀਕ ਹੈ। ਤੋ ਫਿਰ ਉਹਨਾਂ ਕੋਲ ਪੇਪਰ ਵਗੈਰਾ ਪੂਰੇ ਨਹੀਂ ਸੀ, ਕਹਿ ਰਹੇ ਪੇਪਰ ਇਸਲਾਮਾਬਾਦ ਜਾਣਗੇ, ਉੱਥੇ ਪੂਰੇ ਹੋ ਗਏ ਆਣਗੇ, ਫਿਰ ਇਹਨੂੰ ਤੋੜਾਂਗੇ, ਠੀਕ ਹੈ ਨਾ, ਕਹਿ ਰਿਹਾ ਤੋੜਨ ਵਾਸਤੇ ਸਾਡੇ ਕੋਲ ਪੇਪਰ ਨਹੀਂ ਹੈ, ਠੀਕ ਹੈ। ਆ ਇੱਧਰ ਦਾ ਵਿਊ, ਅਤੇ ਹਾਲਤ ਦੇਖੋ ਨਾ ਕਿੰਨੀ ਉਹ ਹੋਈ ਹੋਈ ਹੈ, ਇਹਨਾਂ ਕੋਲ ਤੋੜਨ ਵਾਸਤੇ ਆਰਡਰ ਨਹੀਂ ਸੀ ਹੈ, ਠੀਕ ਹੈ, ਮਤਲਬ ਪੇਪਰ ਨਹੀਂ ਸੀ, ਬਾਕੀ ਡਾਕੂਮੈਂਟ ਇਹਨਾਂ ਕੋਲ ਹੈ ਸੀ, ਲੇਕਿਨ ਜਿਹੜੇ ਹੁੰਦੇ ਨਾ ਤੋੜਨ ਵਾਲੇ ਡਾਕੂਮੈਂਟ ਉਹ ਨਹੀਂ ਸੀ ਹੈ, ਅਤੇ ਮਤਲਬ ਪੂਰੇ ਨਹੀਂ ਸੀ, ਉਹ ਫਿਰ ਇਸਲਾਮਾਬਾਦ ਗਏ ਸੀ, ਪੂਰੇ ਹੋ ਕੇ ਆ ਗਏ, ਕਹਿ ਰਿਹਾ ਹੁਣ ਸਾਡੀ ਆਪਸ 'ਚ ਇੱਕ ਅੱਧੀ ਮੀਟਿੰਗ ਹੋਏਗੀ, ਠੀਕ ਹੈ। ਤੋ ਉਹਦੇ ਵਿੱਚ ਮਤਲਬ ਹੋ ਸਕਦਾ ਸਾਨੂੰ 2-4 ਦਿਨ ਲੱਗ ਜਾਣ, 10-12 ਦਿਨ ਲੱਗ ਜਾਣ, ਤੁਸੀਂ ਆਪਣੀ ਤਿਆਰੀ ਰੱਖੋ, ਠੀਕ ਹੈ ਨਾ, ਮਤਲਬ ਇੱਕ ਫਲੋਰ ਆ ਵਾ, ਮਤਲਬ ਕਾਫੀ 3-4 ਘਰ ਬਣ ਜਾਂਦੇ, ਉਸ ਸਾਈਡ ਦਾ ਅਲੱਗ ਆ, ਆਹ ਅਲੱਗ ਆ, ਠੀਕ ਹੈ ਨਾ, ਇਹ 3-4 ਘਰ ਬਣ ਜਾਂਦੇ, ਆਹ ਛੋਟੀ ਦੁਕਾਨ ਵੀ ਬਣਾਈ ਹੈ, ਇੱਥੇ ਆਹ ਪਿੱਛੇ ਬੈਕ ਸਾਈਡ ਆ ਗਈ, 3 ਸਾਈਡਾਂ ਪੈਂਦੀਆਂ, ਇੱਕ ਆਹ ਗਲੀ ਹੈ, ਠੀਕ ਹੈ, ਔਰ ਇੱਕ ਆਹ ਗਲੀ ਹੈ, ਇੱਕ ਉੱਧਰ ਮੇਨ ਗੇਟ ਆ, ਠੀਕ ਹੈ, ਔਰ ਆਹ ਬੈਕ ਸਾਈਡ ਵਾਲੀ ਗਲੀ ਹੋ ਗਈ, ਠੀਕ ਹੋ ਗਿਆ, 3 ਸਾਈਡਾਂ ਪੈਂਦੀਆਂ ਇਹਨੂੰ, ਪਹਿਲੇ ਇੱਥੇ ਦਰਵਾਜ਼ਾ ਕੱਢਿਆ ਸੀ ਅਸੀਂ, ਲੇਕਿਨ ਉਹ ਦਰਵਾਜ਼ਾ ਬੰਦ ਕਰ ਦਿੱਤਾ, ਠੀਕ ਹੈ ਨਾ, ਬਸ ਉਹ ਅਸੀਂ ਵੱਡਾ ਗੇਟ ਇਸਤੇਮਾਲ ਕਰਦੇ, ਠੀਕ ਹੈ। ਡਬਲ ਸਟੋਰੀ ਆ ਸਿੰਗਲ ਥੱਲੇ ਆ, ਉੱਤੇ ਉਹ ਡਬਲ ਸਟੋਰੀ, ਉੱਤੇ ਰੈਸ਼ ਹੈ, ਜਿਹੜਾ ਆਹ ਏਰੀਆ ਵਾ ਫਿਲਹਾਲ ਖਾਲੀ ਹੈ, ਠੀਕ ਹੈ। ਤੋ ਸਾਹਮਣੇ ਆ ਮਜ਼ਾਰੇ ਕੈਦ ਵਾਲਾ ਵੱਡਾ ਰੋਡ ਲੱਗਦਾ, ਠੀਕ ਹੋ ਗਿਆ। ਤੋ ਆਹ ਘਰ ਆ, ਬਾਕੀ ਹੁਣ ਕੋਈ ਪਤਾ ਨਹੀਂ ਕਦੋਂ ਆਰਡਰ ਆ ਜਾਂਦਾ ਖਾਲੀ ਹੋਣ ਦਾ, ਠੀਕ ਹੈ। ਬਾਕੀ ਆਪਣਾ ਘਰ ਆਪਣਾ ਹੀ ਹੁੰਦਾ ਵੀ, ਭਾਵੇਂ ਛੋਟਾ ਹੋਵੇ ਅਤੇ ਭਾਵੇਂ ਵੱਡਾ, ਬਗਾਨਾ ਘਰ ਆ, ਅਸੀਂ 2-4 ਦਿਨ ਦੇ ਮਹਿਮਾਨ ਇੱਥੇ, ਹੋ ਸਕਦਾ 2-4 ਦਿਨ ਜਾਂ ਜ਼ਿਆਦਾ ਟਾਈਮ, ਲੇਕਿਨ ਕਿਹਾ ਉਹਨਾਂ ਨੇ ਕਿ ਹੁਣ ਸਾਡੇ ਕੋਲ ਪੇਪਰ ਸੱਚ ਆ ਗਏ, 1-2 ਮਿੰਟਾਂ ਹੋਣੀਆਂ, ਤੁਸੀਂ ਆਪਣੀ ਤਿਆਰੀ ਫੁੱਲ ਰੱਖੋ। ਤੋ ਇਸ ਵਾਸਤੇ ਸਾਡੀ ਤਿਆਰੀ ਹੈ, ਠੀਕ ਹੈ। ਤੋ ਬਾਕੀ ਦੁਆ ਕਰੋ ਕਿ ਅੱਲਾਹ ਤਾਲਾ ਸਾਨੂੰ ਵੀ
हाँ इसके ऊपर रख दे, इसके ऊपर, इसके ऊपर, यहाँ पर वो आएगा तो खा लेगा खुद ही, अगर आ गया ना उसको पता है ये खाने वाली चीज़ है खा लेगा, छोड़ दो इधर। तो बाकी दुआ करो अल्लाह ताला सानू भी दे यार कोई घर छोटा होवे, बस अपनी चीज़ होंगी तो अपना ही मज़ा भाई, सही है ना। और जिन्ना को है अगले रह रहे, जिन्ना को नहीं है घर उन्हें को पुछो, जिन्ना को घर है कदर कर लो, ठीक है। देखो ना पूरा ना वो होया हो, बस होर कुछ देना उस बाद खाली ना तोड़ के तो होटल बनाना इतने, ठीक है। तो बाकी दुआ कर जाए यार, ठीक है। वीडियो पूरी देख के वीडियो ने लाइक और साढ़े चैनल सब्सक्राइब भी कर लो, ठीक है। मेरी मोटरसाइकिल खड़ी इतने, और तो चलो अंदर जाने आप पड़ोसियों का घर, ठीक हो गया जी। आ खबर जी, ठीक है।